हाँ जी मेरे वीरियो सत श्री अकाल नमस्कार ते अस्सलाम वालेकुम भाई। एक बारी होर आ चुके हैं आपां लैके जट फार्म दा एपीसोड नंबर 2। जिद्दां तुसीं देख सकदे काला जट सैल्फ मारो आह नाड़ गैरा की दा भाई। तुहानूं वी पता जिहड़े भाई ने आपां नूं दवाई सी, रोजो मैं इंजन बंद ही करदा भाई, इंजन बंद ही कर दिंदे। जिहड़े भाई ने आपां नूं पैली दवाई सी, ट्रैक्टर दवाया सी भाई, ते अज ओह भाई अपने नाल आ। अज भाई आपां कम्म करन जाणे आ, जमीन बहुत जानी है। किन्हां दी जमीन आ भाई? सिंघां दी जमीन आ, गुरुद्वारे वाले बंदियां दी जमीन आ। ओह बंदियां दी सेवा करन जानी आ अज भाई। तो पिंडों आपां दो बंदियां नूं होर चक्कणा, मेरे नाल भाई अपना दूजा हैगा ट्रैक्टर वाला जिन्हें दवाया सी आपां नूं, ओह खड़ा। तो इहने अज अपना भाई ट्रैक्टर दूजा चक्के लिआंदा, इहदे नाल वी तुहानूं गल कराउने आ। आ जाओ फिर बने रहो। तो किदां लगदे ट्रैक्टर झूलदे, केसरी झंडे किदां लगदे आ, कमेंट लाइक करके जरूर दस्सो। आ जाओ फिर मिलदे आ तुहानूं गेम दे विच। आ जाओ भाई, लो भाई मिलाने तुहानू सैनी साहब, उतरिया ट्रैक्टर तो थले। हाँ जी भाई, किदा सैट आ? हाँ जी, होर वधिया भाई, तुसीं सुनाओ की हाल चाल? वधिया वधिया भाई, बहुत वधिया यार। पिछे जिहड़ी जमीन जी लैके दित्ती सी ना तू मैनूं, ते ट्रैक्टर लैके दित्ता सी, सैट आ कम्म। पर मैं वो ट्रैक्टर वैसे उत्थे ही छड्डे आंदा अपने खेत ही भाई, क्योंकि अज मैं तेरे वाला ट्रैक्टर चक लिया, तैनूं दिखदा ही आ ना नाड़ यार। झंडे झुंडे कैन वधिया लगदे, कैन मैं कह इहनूं चलाउने आ। मैं अपना लाया सी माड़ा सर्विस ते, ते अज कम वैसे हैगा अपना नूं गुरुद्वारे दी जमीन पहुंच जाणी आ, तां मैं तैनूं इत्थे सद्दिया सी। केसरी झंडे। हां जी भाई, स्पीड ज्यादा ही खिंच ली तू है, ਭਾਜਦਾ ਤੇਰਾ ਵੀ ਟਰੈਕਟਰ। ਚੱਲ 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 ਬਈ, ਜਮਾ ਤਗੜਾ ਕਰਵਾਇਆ ਇਹ। ਲਓ ਮੇਰੇ ਵੀਰਿਓ, ਜਾਣੇ ਪਏ ਆ ਤੇ ਬੰਦੇ ਦਾ ਇੱਧਰ ਹੀ ਆ ਆਪਣੇ। ਬੱਲੇ ਬੱਲੇ ਇੱਥੇ ਹੀ ਫਿਰਦੀ ਆ ਮੰਡੀਰ? ਓ ਨਹੀਂ ਰੀਸਾ, ਫਿਰਦੀ ਆ ਮੰਡੀਰ ਆਜੋ। ਚੱਲ ਚੱਲ ਇੱਥੇ ਸਾਈਡ ਤੇ ਲਾ ਤੇ ਦੇਖਦੇ ਆ ਕਿਹੜੇ ਕਿਹੜੇ ਚੋਬਰ ਆਏ ਆ। ਆਜੋ ਬਈ, ਉੱਤਰ ਜਾ, ਟਰੈਕਟਰ ਬੰਦ ਕਰਤੀ ਆ ਮੇਰੇ ਵੀਰੇ। ਇਹਨੂੰ ਬੰਦ ਕਰ ਲਓ, ਇਹਦੀ ਆਵਾਜ਼ ਬਹੁਤ ਆ ਭਰਾਵਾ, ਕੰਨ ਖਾ ਗਏ। ਨਾੜ 11 ਇਹ ਚ ਇੰਜਣ ਬਾਈ V8 ਆ, ਚੈੱਕ ਕਰ ਤੂੰ ਮਾੜਾ ਕਿਧਰ ਸੈੱਟ ਆ ਨਾ ਮੇ ਮੁੰਡਿਓ। ਉਹ ਬੱਲੇ ਬੱਲੇ, ਹੋਰ ਬਾਈ ਕਿਦਾਂ ਪੱਟੀ ਸਾਹਿਬ ਸੈੱਟ ਹੋ? ਵਧੀਆ ਵਧੀਆ, ਕਿੱਧਰ ਦੀ ਤਿਆਰੀਆਂ ਅੱਜ? ਬਸ ਬਾਈ ਇਦਾਂ ਹੀ, ਜ਼ਮੀਨ 'ਚ ਸਾਨੂੰ ਆਇਆ ਸੀ ਬਾਬੇ ਦਾ ਫੋਨ, ਕਹਿੰਦੇ ਜ਼ਮੀਨ ਬਾਜੋ ਗੁਰਦੁਆਰੇ ਦੀ, ਤੇ ਮੈਂ ਕਿਹਾ ਚਲੋ ਜਾਂਦੇ ਆ ਸੇਵਾ ਕਰਨ। ਖੱਤਰੀ ਕਿੱਦਾਂ ਸੈੱਟ ਆ? ਵਧੀਆ ਵਧੀਆ, ਅਸਮਾਨ ਸਮੂਹ ਤੁਹਾਡਾ ਹੀ ਆਇਆ ਲੱਗਦਾ ਫਿਰ ਇੱਥੇ। ਹਾਂਜੀ ਬਾਈ, ਆ ਬੱਲੇ ਹਾਲ ਹੁਲ ਛੱਡ ਗਏ ਬਾਈ। ਹੋਰ ਸੈਣੀ ਸਾਹਿਬ ਦੱਸੋ ਫਿਰ ਇਹਨਾਂ ਨੂੰ ਕੀ ਕੰਮ ਆ ਕੀ ਨਹੀਂ, ਤੇ ਫਿਰ ਉਹਨੇ ਆ ਚੱਲ। ਤੁਸੀਂ, ਤੁਹਾਨੂੰ ਕੋਈ ਕੰਮ ਤਾਂ ਨਹੀਂ ਹੈਗੇ ਵਿਹਲੇ ਹੀ ਹੋ? ਨਹੀਂ ਨਹੀਂ ਵਿਹਲੇ, ਸਰਵਿਸ ਕਰਾਉਣ ਆਏ ਸੀ ਬਸ। ਸਰਵਿਸ ਕਰਾਉਣ? ਚਲੋ ਫਿਰ, ਚਲੋ ਸਾਡੇ ਨਾਲ। ਸਹੀ ਆ, ਪੀ ਲਓ ਪਾਣੀ ਪੂਣੀ, ਤੇ ਆ ਹਾਲ ਹੈਗੇ ਇੱਥੇ ਵਾਧੂ ਆਪਣੇ ਕੋਲ, ਪਾਓ ਟਰੈਕਟਰਾਂ ਪਿੱਛੇ। ਠੀਕ ਹੈ, ਚੱਲ ਪੈਨੇ ਫਿਰ। ਹਾਂ, ਹਾਲ ਹੈਗੇ ਆ, ਆ ਚੱਕੋ ਫੇਕ ਕੇ। ਹਾਂਜੀ ਹਾਂਜੀ, ਬਣ ਗਈ ਗੱਲ ਮੁੰਡਿਓ, ਟਰੈਕਟਰ ਹੈਗੇ ਸਾਡੇ ਕੋਲ, ਹਾਲ ਇੱਥੋਂ ਲੈ ਜਾਣੇ ਫਿਰ। ਹਾਂਜੀ ਹਾਂਜੀ, ਹਾਲ ਪਾਓ ਟਰੈਕਟਰਾਂ ਦੇ ਪਿੱਛੇ। ਉੱਥੇ ਪਹੁੰਚੋ ਗੁਰਦੁਆਰੇ ਦੀ ਜਗ੍ਹਾ, ਪਤਾ ਨਾ ਤੁਹਾਨੂੰ? ਹਾਂ ਹਾਂ, ਬਸ ਚਲੋ ਚਲੋ ਆਜੋ ਆਜੋ। ਚਲੋ ਲਓ ਬਾਈ, ਆਪਾਂ ਵੀ ਪਵਾ ਲੈਨੇ ਆ ਹਲ ਬਾਈ, ਆ ਜਾ। ਮੈਂ ਉਹ ਲਾਲ ਜੇ ਪਾਉਣਾ ਬਾਈ ਝੋਟੇ ਦੇ ਪਿੱਛੇ। ਹਾਂ, ਅਸੀਂ ਵੀ ਆਪਾਂ ਨੀਲੇ ਵਾਲੇ ਪਾਓ ਪਾਓ ਪਾਓ, ਆਜੋ ਆਜੋ। ਅਰੇ ਬਾਈ 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 ਬਾਈ, ਰੈਡੀ ਮੁੰਡਿਓ? ਚਲੋ ਫਿਰ, ਚਲੋ ਬਾਈ, ਜਿਹਨੂੰ ਰਸਤੇ ਦਾ ਪਤਾ ਅੱਗੇ ਲਾਓ ਟਰੈਕਟਰ ਨੂੰ, ਤੇ ਚਲੋ ਚੱਲ ਬਾਈ। ਗੌਰਵ ਬਾਈ, ਪਤਾ ਤੈਨੂੰ ਰਸਤੇ ਦਾ ਕਿ ਨਹੀਂ? ਅਰਮਾਨ ਭਾਈ ਕੋ ਪਤਾ ਹੈ। ਚਲੋ ਅਰਮਾਨ ਭਾਈ, ਪੱਟੀ ਸਾਹਿਬ ਚਲੋ ਫਿਰ ਅੱਗੇ, ਤੁਹਾਡੇ ਪਿੱਛੇ ਲਾਉਂਦੇ ਹਾਂ ਟਰੈਕਟਰ ਨੂੰ। ਪੱਟੀ ਸਾਹਿਬ ਵੀ 744 ਚੱਕੀ ਫਿਰਦਾ, ਚੱਕੀ ਫਿਰਦੇ ਆ ਚੁੱਭਰ ਹੈ, 2744 ਆ ਨਾੜ 11 ਤੇ ਇੱਧਰ ਫਾਰਮ ਟਰੈਕ। ਬੱਲੇ ਚਲੋ ਚਲੋ ਮੁੰਡਿਓ, ਨਹੀਂ ਰੀਸਾ ਬਾਈ। ਸੈਣੀ ਬਾਈ, ਉਹ ਜੀਪ ਦਾ ਕੀ ਬਣਿਆ ਜਿਹੜੀ ਆਪਾਂ ਮੋਡੀਫਾਈ ਕਰਨੀ ਦਿੱਤੀ ਸੀ? ਫਿਰ ਜੀਪ ਬਾਈ ਆਪਾਂ ਨੂੰ ਇੱਕ OLX ਤੇ ਮਿਲ ਗਈ, ਬੜੀ ਜ਼ਬਰਦਸਤ ਡੇ ਵਾਲੀ ਜੀਪ। ਮੈਂ ਇੱਕ ਬੰਦਾ ਮੈਨੂੰ ਮਿਲ ਗਿਆ, ਉਹਨੂੰ ਨੰਬਰ ਤੁਹਾਡਾ ਦੇ ਦਿੱਤਾ, ਹੁਣ ਤੁਹਾਨੂੰ ਫੋਨ ਆਊਗਾ ਉਹਦਾ। ਹਾਂਜੀ, ਤੇ ਉਹ ਮੋਡੀਫਾਈ ਆ ਨਾ ਕਰ ਦੂਗਾ। ਓਕੇ ਓਕੇ ਓਕੇ, ਸਹੀ ਹੈ ਸਹੀ ਹੈ। ਚਲੋ ਅੱਜ ਆਪਾਂ ਪਹਿਲਾਂ ਆਹ ਕੰਮ ਜਾਂ ਨਵੇੜ ਲਈਏ ਬਾਈ। ਰੁਕਿਓ ਸਾਈਡ ਤੇ, ਮੈਂ ਟਾਇਰ 'ਚ ਹਵਾ ਚੈੱਕ ਕਰਨੀ ਹੈ ਯਾਰ, ਹਵਾ ਘੱਟ ਗਈ। ਆੜਾ ਰੁਕਿਓ ਸਾਈਡ ਤੇ, ਰੁਕਿਓ ਆ ਜਾਓ। ਹਾਂਜੀ ਹਾਂਜੀ ਬਾਈ, ਸੈੱਟ ਆ ਸੈੱਟ ਆ ਮਾਹੌਲ। ਚਲੋ ਸਹੀ ਆ, ਮੈਨੂੰ ਉਦਾਂ ਹੀ ਵਹਿਮ ਜਿਹਾ ਪਿਆ ਸੀ। ਚਲੋ ਚਲੋ, ਜਾਂਦਾ ਤਾਂ ਰਾਹ ਇਹਦੀ ਹੀ, ਦੇਖਦੇ ਆ ਹੁਣ ਕੋਈ ਬੱਟੀ ਸਾਹਿਬ ਐ ਨਾ ਹੋਵੇ ਗੁਰਦੁਆਰਾ ਵਾਲਿਆਂ ਨੂੰ। ਓਏ ਓਏ ਯਾਰ, ਸੌਰੀ ਸੌਰੀ, ਮੇਰਾ ਬਾਈ ਨਾੜ ਯਾਰ ਜਾ ਰਿਹਾ ਨਾ ਮੁੰਡਿਓ, ਮੁੜਨਾ ਜੇ ਆਪਾਂ। ਹਾਂ ਸੌਰੀ ਸੌਰੀ ਬਾਈ, ਮੈਂ ਇੱਧਰ ਲੱਗਦਾ ਯੂ ਟਰਨ ਲੈਣਾ, ਇਹ ਤਾਂ ਯੂ ਟਰਨ, ਇਥੋਂ ਯੂ ਟਰਨ ਲੈਣਾ ਕਹਿੰਦੇ ਹੈ। ਓ ਓ ਓ, ਦੇਖੀ ਦੇਖੀ ਸੱਤੇ ਵੀਰੇ, ਬਿਠਾ ਤਾ ਟਰੈਕਟਰ। ਓ ਮੈਂ ਸੜਕ ਤੇ ਹੀ ਹੱਲ ਲਾਤੇ। ਚਲ ਕੋਈ ਨਾ ਕੋਈ ਨਾ ਬਾਈ, ਸਹੀ ਹੈ ਬਾਈ। ਨਾੜ ਜਾ ਰਿਹਾ ਦਾ ਥੋੜਾ ਜਿਹਾ ਸਟੀਅਰਿੰਗ ਦਾ ਕੰਮ ਕਰਾਉਣ ਵਾਲਾ ਯਾਰ।
ਮੈਂ ਬਸ ਇਹਦਾ ਕਰਤਾ ਸੀ ਨਾ ਪੁੱਟਸ ਦਾ ਕੰਮ ਪਟਾਤਾ ਸੀ ਮੈਂ ਇਹ ਬਾਈ ਇਹਦਾ ਨਾ ਕੰਮ ਕਰਾਉਣ ਵਾਲਾ ਯਾਰ ਇਹਦਾ ਹਾਂ ਸਹੀ ਕਰਾਉਣ ਵਾਲਾ ਹੈ ਬੈਰਿੰਗ ਦੇ ਢਿੱਲੇ ਆ ਬਾਈ ਇਹਦੇ ਤਾਂ ਕਰਕੇ ਨਾ ਬਾਕੀ ਪਹੁੰਚ ਗਏ ਮੁੰਡੇ ਚਾਲ ਚੱਲ ਗਿਆ ਇਹ ਪਹੁੰਚ ਗਏ ਕਿ ਪਾਵਰ ਹੀ ਕਰਾ ਦੇਣਾ ਇਹਨੇ ਚਲੋ ਚਲੋ ਆ ਜਾ ਬਾਈ ਲਓ ਮੇ ਵੀਰੋ ਚਾਰ ਟਰੈਕਟਰ ਆ ਮਿੰਟਾਂ 'ਚ ਆਪਾਂ ਕੰਮ ਕਰ ਦੇਣਾ ਚਾਰਾਂ ਨੇ ਲੱਗ ਜਾਣਾ ਖੇਤ 'ਚ ਧੱਕ ਪਾਉਣ ਤੇ ਦੇਖਦੇ ਆ ਹੁਣ ਫੜੀਆਂ ਰੇਸਾਂ ਮੇਰੇ ਵੀਰੋ ਤੁਹਾਡੀ ਨੂੰ ਨਾਲ ਯਾਰ 60 ਦੀ ਸਪੀਡ ਤੇ ਬੁੱਕਦਾ ਪਿਆ ਖੱਤਰੀ ਪਿੱਛੇ ਹੀ ਆ ਦੇਖੀ ਅੱਗੇ ਬੱਕਰੀ ਆ ਗਈ ਅਰੇ ਤੁਹਾਡਾ ਬਾਈ 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 ਬੱਕਰੀਆਂ ਆ ਗਈਆਂ ਹਾਂਜੀ ਭਾਜੀ ਸਾਹਿਬ ਨੇ ਪਹੁੰਚ ਗਏ ਨਹੀਂ ਉਹ ਬੱਕਰੀਆਂ ਨਿਕਲ ਆਈਆਂ ਇਧਰੋਂ ਸਾਈਡ ਤੋਂ ਬੱਕਰੀਆਂ ਨਿਕਲ ਆਈਆਂ ਬਾਈ ਕਿੰਨੀ ਕੁ ਦੂਰ ਪਿਆ ਸੈਣੀ ਹਜੇ ਆਪਣਾ ਬਸ ਲੱਗ ਗਈ ਸਾਹਮਣੇ ਹੀ ਆ ਬਸ ਚੱਲ 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 ਤੋਰ ਫਿਰ ਸਵਰਾਜ ਨੂੰ ਬਾਈ ਲਓ ਮੇਰੇ ਵੀਰੋ ਪਹੁੰਚਣ ਵਾਲੇ ਹੀ ਆਪਾਂ ਕਾਲਾ ਜੱਟ ਵੀ ਬਾਈ ਥੱਕਿਆ ਪਿਆ ਇਹ ਆਪਾਂ ਨੂੰ ਰਾਹ ਨਹੀਂ ਨਾ ਪਤਾ ਇੱਕ ਤਾਂ ਪਿੰਡ ਦੂਜਾ ਸਹੀ ਗੱਲ ਆ ਬਾਈ ਰਾਹ ਛੁੱਟਿਆ ਹਾਂਜੀ ਹਾਂਜੀ ਪਹਾੜੀ ਜਿਹੜੀ ਓਹ ਹੋ ਕਿੰਨਾ ਵਧੀਆ ਏਰੀਆ ਬਾਈ ਬਚ ਗਏ ਉਹ ਗਾਵਾਂ ਗੂਵਾਂ ਇੱਥੇ ਹੀ ਫਿਰਦੀਆਂ ਯਾਰ ਸੜਕਾਂ ਤੇ ਚੱਕਰ ਕੀ ਆ ਬਸ ਯਾਰ ਗੱਲ ਬਾਈ ਇਹ ਵੀ ਅੱਗੇ ਆ ਗਿਆ ਕਿ ਪਹਿਲਾਂ ਵੀ ਤੇ ਦੂਜਾ ਖੱਤਰੀ ਆਈ ਜਾਂਦਾ ਪਿੱਛੇ ਆਹੀ ਆ ਮੈਨੂੰ ਲੱਗਦਾ ਆਹੀ ਆ ਤਾਂ ਉੱਤੇ ਲੈ ਗਿਆ ਇੱਥੇ ਬਈ ਨਾਮ ਆਹੀ ਲੱਗਦੀ ਆ ਮੈਨੂੰ ਜ਼ਮੀਨ ਇਹੀ ਆ ਇਹੋ ਹੀ ਗੱਲ ਮੇਰਾ ਇਦਾਂ ਹੀ ਮੈਂ ਕਹਿੰਦਾ ਫੋਨ ਕਰਕੇ ਪਤਾ ਕਰ ਲੈ ਇੱਕ ਵਾਰੀ ਪੁੱਛ ਲੋ ਇਹ ਕਣਕ ਕੁਣਕ ਖਰਾਬ ਨਾ ਹੋਊਗੀ ਹੋਵੇ ਪੁੱਛ ਲੋ ਇੱਕ ਵਾਰੀ ਬਾਈ ਫੋਨ ਕਰ ਲੈ ਵੀ ਅਰਮਾਨ ਹਾਂ ਫੋਨ ਫਾਨ ਕਰਕੇ ਪੁੱਛ ਲੋ ਮੁੰਡਿਓ ਕਿਉਂਕਿ ਨਹੀਂ ਤਾਂ ਕੰਮ ਔਖਾ ਹੋ ਜਾਣਾ ਪੁੱਛੋ ਬਾਈ ਹਾਂ ਨਾੜ ਗਿਆਰੇ ਦਾ ਇੰਜਣ ਬੰਦ ਹੀ ਰੱਖੀਏ ਬਾਈ ਹੈਲੋ ਹਾਂਜੀ ਬਾਈ ਬਾਈ ਆ ਜ਼ਮੀਨ ਵਾਉਣ ਦਾ ਕਿਆ ਸੀ ਆਹੀ ਵਾਉਣੀ ਆ ਜਿਹੜੀ ਕਿੱਥੇ ਫਿਰਦੇ ਆ ਹਾਂ ਹਾਂ ਮੋੜ ਤੇ ਮੋੜ ਵਾਲੀ ਆ ਬਿਲਕੁਲ ਜਮਾ ਹਾਂ ਉਹ ਖਰਾਬ ਹੋਈ ਮੈਨੂੰ ਲੱਗਦਾ ਹਨ ਹਾਂ ਖਰਾਬ ਹੋ ਗਈ ਆ ਉਹ ਚਲੋ ਕੋਈ ਇਹ ਹੋਈ ਆ ਹਾਂਜੀ ਬਾਈ ਕੀ ਕੀ ਕਹਿੰਦੇ ਇਹੀ ਆ ਇਹੀ ਇਹੀ ਆ ਚਲੋ ਚਲੋ ਫਿਰ ਚਲੋ ਪਰ ਫਸਲ ਤਾਂ ਵਧੀਆ ਲੱਗਦੀ ਸੀ ਪਰ ਮੈਨੂੰ ਲੱਗਦਾ ਨਾ ਜ਼ਿਆਦਾ ਖਰਾਬ ਹੋ ਗਈ ਹਨਾ ਕੋਈ ਵਾਇਰਸ ਵੂਰਸ ਆ ਗਿਆ ਬਾਈ ਫਸਲ ਤੇ ਨਹੀਂ ਚਲੋ ਪਰ ਕੋਈ ਚੱਕਰ ਨਹੀਂ ਪਰ ਫਸਲ ਤਾਂ ਵੈਸੇ ਕਾਫੀ ਵੱਡੀ ਵੱਡੀ ਸੀਗੀ ਪਰ ਹੁਣ ਖਰਾਬ ਹੋ ਗਈ ਆ ਫਸਲ ਪਰ ਇੱਥੇ ਹੁਣ ਹਲ ਚਲਾਉਣੇ ਪੈਣੇ ਆ ਕਰੀਏ ਫਿਰ ਕਰੀਏ ਸ਼ੁਰੂ ਕੰਮ ਚਲੋ ਚਲੋ ਆ ਜਾਓ ਲਓ ਮੇਰੇ ਵੀਰੇ ਚਲੋ ਫਿਰ ਚੱਕ ਦੋ ਫੱਟੇ ਮੁੰਡਿਓ ਫਿਰ ਅੱਜ ਦਾ ਕੰਮ ਕਰਦੇ ਆ ਉਹਨੇ ਆ ਕਿੱਲਾ ਹੈ ਬਾਈ ਆ ਜਾਓ ਬਾਈ ਚਾਰ ਟਰੈਕਟਰ ਵਾੜਤੇ ਮੇਰੇ ਵੀਰੋ ਨਹੀਂ ਰੀਸਾ ਚਲੋ ਫਿਰ ਬਣਾਓ ਰੇਲੀ ਬਾਈ ਨਾਲੋ ਨਾਲ ਹੀ ਕੰਮ ਖਤਮ ਕਰ ਦੇਣਾ ਇਹ ਸਹੀ ਗੱਲ ਆ ਪਰ ਇਹ ਗੱਲ ਦਾ ਪਤਾ ਨਹੀਂ ਲੱਗਿਆ ਬਾਈ ਇਹ ਹੋਇਆ ਕੀ ਜ਼ਮੀਨ ਨੂੰ ਵੈਸੇ ਯਾਰ ਹੈ ਸਣੀ ਸਾਹਿਬ ਇਹ ਤਾਂ ਬਾਈ ਹੁਣ ਉਹੀ ਦੱਸ ਰਹੇ ਪਤਾ ਕਰਾਂਗੇ ਜਦੋਂ ਜਾਵਾਂਗੇ ਸੀ ਆਹੋ ਪਤਾ ਕਰਨਾ ਚਾਹੀਦਾ ਕਿਉਂਕਿ ਫਸਲ ਤਾਂ ਮੈਨੂੰ ਸਹੀ ਲੱਗਦੀ ਸੀ ਬਾਕੀ ਦੇਖੋ ਬਾਕੀ ਤਾਂ ਹੁਣ ਉਹੀ ਦੱਸਣਗੇ ਵੀ ਕੀ ਚੱਕਰ ਹਾਂਜੀ ਹਾਂਜੀ ਆ 2744 ਹੈ ਕਹਿੰਦੇ ਆਹ ਦੇਖੋ ਬੱਲੇ 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 ਨਾੜ ਯਾਰ ਵੀ ਨਹੀਂ ਹਟਦਾ ਬਾਈ ਦੇਖੋ ਇੱਧਰ ਪਹਿਲੇ ਤੇ ਕਿਉਂ ਫਾਰਮ ਇਹ ਫਿਰ ਬਾਈ ਝੋਟਾ ਤੁਹਾਨੂੰ ਪਤਾ ਬਾਈ ਧਾਲੀਵਾਲ ਹੈਗਾ ਆਪਣਾ ਮਕੈਨਿਕ ਬਾਈ ਉਹਨੇ ਰੱਖਿਆ ਇਹ ਚ V8 ਇੰਜਣ ਬਾਈ ਸਿਰਾ ਨਹੀਂ ਯਾਰ ਮਕੈਨਿਕ ਤਾਂ ਸਾਡਾ ਵੀ ਉਹੀ ਹੈ ਸਾਡੇ ਵਾਲੇ ਦੇ ਫਿਲਟਰ ਕੱਢਤੇ ਉਹਨੇ ਤੁਹਾਡਾ ਦੂਜਾ ਹੁਣ ਬਾਈ ਇਹਦੇ ਸਟੀਅਰਿੰਗ ਦੀ ਪ੍ਰੋਬਲਮ ਆ ਦੇਖੋ ਸਟੀਅਰਿੰਗ ਆ ਹਿੱਲਦਾ ਨਾ ਇਹ ਪਤਾ ਨਹੀਂ ਕੀ ਚੱਕਰ ਆ ਚਲੋ ਚਲੋ ਮੁੰਡੇ ਮੋੜੋ ਫਿਰ ਆਹ ਜਿਹੜਾ ਰਹਿ ਗਿਆ ਮੈਂ ਆਹ ਚੱਕ ਦਿੰਦਾ ਇੱਧਰੋਂ ਫਲਾਰ ਨਾ ਆਪਾਂ ਕਿੱਲਾ ਜੇ ਚਾਹ ਚੂਹ ਪੀਣੀ ਹੋਈ ਨਾ ਜੇ ਥੱਕ ਥੁੱਕ ਗਏ ਉਹ ਵੀ ਦੱਸ ਦਿਓ ਓਕੇ ਜੇ ਹਿਸਾਬ ਨਾਲ ਚਾਰ ਟਰੈਕਟਰ ਲੱਗੇ ਮਤਲਬ ਅੱਧੇ ਪੌਣੇ ਘੰਟੇ 'ਚ ਕੰਮ ਹੋਰ ਕੀ ਬਸ ਹਨੇਰੀਆਂ ਲਿਆ ਦੇਣੀਆਂ ਨਾਟ ਗਿਆਰਾਂ ਬੁੱਕੀ ਜਾਂਦਾ ਮੇਰੇ ਵੀਰੋ ਆ ਜਾਓ ਬਾਈ ਆਹ ਜ਼ਮੀਨ 'ਚ ਕੰਮ ਕਰਨਾ ਸੀ ਬਾਈ ਪਰ ਵਧੀਆ ਲੱਗਦੇ ਯਾਰ ਉੱਤੇ ਕੇਸਰੀ ਝੰਡੇ ਲਾਏ ਆ ਸੇਵਾ ਕਰਦੇ ਪਏ ਆ ਮੁੰਡੇ ਹਨਾ ਪੂਰਾ ਮਾਹੌਲ ਬਣਿਆ ਪਿਆ ਹਾਲ ਤਾਂ ਟਰਾਲੀਆਂ ਲੈ ਕੇ ਲੈਣ ਜਾਣਾ ਆਪਾਂ ਉਹ ਬੱਲੇ ਬੱਲੇ ਟਰਾਲੀਆਂ ਤੇ ਵੀ ਜਾਣਾ ਹੈ ਟਰਾਲੀਆਂ ਤੇ ਵੀ ਜਾਣਾ ਉਹ ਵੀ ਦਿਖਾਵਾਂਗੇ ਆਪਾਂ ਬੱਲੇ ਬੱਲੇ ਬਾਈ ਸਿਰਾ ਮਾਹੌਲ ਮੇਰੇ ਵੀਰੋ ਪਰ ਪਹਿਲਾਂ ਅੱਜ ਆਹ ਕੰਮ ਕਰ ਲਈਏ ਬਾਈ ਨਾਟਗਾਰੇ ਦਾ ਤੇਲ ਨਾ ਮੁੱਕ ਜੇ ਮੇਰੇ ਵੀਰੋ ਬਾਕੀ ਸਹੀ ਆ ਆ ਜਾਓ ਆ ਜਾਓ ਮੈਨੂੰ ਐਂ ਲੱਗਦਾ ਵੀ ਇੱਥੇ ਪ੍ਰੋਗਰਾਮ ਨਾ ਕੋਈ ਕਰਾਉਣਾ ਹੋਵੇ ਹਾਂ ਮੈਨੂੰ ਵੀ ਇਹੀ ਲੱਗਦਾ ਨਾ ਕੋਈ ਲਾਉਣੀ ਨਾ ਹੋਵੇ ਇੱਥੇ ਉਹ ਕੋਈ ਰੀਜ਼ਨ ਨਹੀਂ ਹੋ ਸਕਦਾ ਵੀ ਇਹਨੂੰ ਉਹ ਕਰਨ ਦਾ ਸਹੀ ਗੱਲ ਆ ਇਦਾਂ ਕਰਦੇ ਮੁੰਡੋ ਸਾਰੇ ਜਾਣੇ ਨਾ ਲਾਈਨ ਚ ਲਾ ਲਓ ਤੇ ਇਕੱਠੇ ਜਾਂਦੇ ਆ ਇੱਕ ਵਾਰੀ ਅੱਗੇ ਨੂੰ ਓਕੇ ਲਗਾਤਾਰ ਲੈ ਕੇ ਜਾਂਦੇ ਆ ਦੇਖਦੇ ਆ ਕਿ ਗੇੜੇ 'ਚ ਕੀ ਸਿਸਟਮ ਬਣਦਾ
अगले ओए अगले पासे ला इधर चल चल चलो बहुत है चलिए फिर करिए स्टार्ट चलो 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 भाई आखे नहीं लग रहा भाई मुंडा आज आया आया सैनिया खिंच दे बस जिन्ना हुंदा भाई करदे आ फिर पीने आ चाह चू कोई चक्कर नहीं ओके स्टेज लगनी होगी मेनू लगता कोई मेला मूला ना करवाना होवे उन्होंने सैनी साहब इधर ही ला ला जिहड़ा आ एरिया क्लीयर कर दिंदे आ भाई इधर ला लो सारे जणे ट्रैक्टर इधर ही आ रहे हां हां चाह चू बाकी देख रहे की बनता फिर आज पहाड़ी एरिया भाई नहीं रीसा यार चलो ताही ट्रैक्टर का जोड़ लग रहा है ਉੱਚਾ ਨਹੀਂ ਭਾਈ ਆ ਭਾਈ ਇੱਥੇ ਕੰਮ ਉੱਚਾ ਨਹੀਂ ਭਾਈ ਹੋਣਾ ਆ ਕਿਹੜਾ ਆਈ ਜਾਂਦਾ ਸਾਹਮਣੇ ਪਾਸੇ ਕਰ ਲਈ ਭਾਈ ਪਾਸੇ ਨਹੀਂ ਰੀਸਾਂ ਤੇਰੀਆਂ ਪ੍ਰੋ ਡਰਾਈਵਰ ਹੈ ਆ ਕੀ ਕੱਟ ਮਾਰਿਆ ਹੈ ਮੁੰਡੇ ਨੇ ਨਹੀਂ ਰੀਸਾਂ ਉਹ ਥੋੜੀ ਨੂੰ ਹੁਣ ਤਾਂ ਭਾਈ ਏਦਾਂ ਲੱਗਦਾ ਪਿਆ ਜਿੱਦਾਂ ਕਬਜ਼ਾ ਲੈਣਾ ਹੁੰਦਾ ਕਿ ਨਹੀਂ ਆ ਜਿੰਨਾ ਕੁ ਰਹਿ ਗਿਆ ਚੱਕੋ ਯਾਰ ਜਲਦੀ ਕਬਜ਼ਾ ਜੱਟੀ ਦਾ ਨਾ करके ना साइड ते लाके चाह चू पी लेने बहुत बाकी फिर आप शुरू कर लांगे भाई एक दूजे तो अगे लंघने चक्कर च इत्थे खेत बोण आए भाई गुरुद्वारे दा काम करने रेसा लाउण दा कौन देखो कौन वाला कौन बोऊगा चलो 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 आ जिहड़ा रह गया चक्को जल्दी ते ला लियो फिर साइड ते ला लियो भाई सारे जणे आ जाओ बस बस इथे साइड ते ला लो भाई इधर ही आ जाओ सारे जने फिर इथे ला लैने सारे जने आपां चेक करो भाई चाल डोलू इथे ला लो सारे ट्रैक्टर इंजन बंद कर दिए भाई तेल बहुत खा गया आ जाओ भाई लागे सारे बल्ले बल्ले नहीं रीस मैं तो बह गया इथे भाई एदा करो मैं तो कहना बाबे नु फोन ला दो जां फोन ला दो जां मैसेज कर दो बाबे नु कह दो कि भाई सारे ट्रैक्टर दे तेल मुक गए ते बाकी सेवा असी शाम नु करांगे हैना अजे तो सवेर ही है कोई चक्कर नहीं हैना ते नहीं हां हां जी अपना आधा पौणा दा किल्ला हो गया कि नहीं हां मेनू लगदा हो ही गया इधर चेक करो 50 मिनटां च नेरियां लियातियां सेट आ भाई ते सही है फिर देखो की बंदा लाओ फोन यार ला दियो फोन फोन ला भाई फोन लाणा मैं तो कहना मैसेज कर दे फोन ते फिर चल फोन लाता मुंडे ने हेलो हां जी ਬਾਬਾ ਜੀ ਅੱਧਾ ਕਿੱਲਾ ਮੁੱਕ ਗਿਆ ਸੀ ਸਾਡਾ ਤੇਲ ਪਾਣੀ ਮੁੱਕ ਗਿਆ ਹੁਣ ਅਸੀਂ ਭਰਾ ਕੇ ਤੇ ਸ਼ਾਮਾਂ ਨੂੰ ਆਵਾਂਗੇ ਸ਼ਾਮ ਉਹ ਨਹੀਂ ਯਾਰ ਇੱਕੋ ਵਾਰੀ ਕੰਮ ਨਿਬੇੜ ਦਿਓ ਆਪਾਂ ਨਾ ਇੱਥੇ ਪ੍ਰੋਗਰਾਮ ਕਰਾਉਣਾ ਤੇ ਸਮਾਨ ਸਮੂਨ ਆਉਣਾ ਇੱਥੇ ਥਾਂ ਨਹੀਂ ਹੁਣੇ ਰੱਖਣ ਲਈ ਜਾਣਾ ਤੇ ਪੈਣਾ ਨਾ ਹੁਣ ਤੇਲ ਮੁੱਕ ਗਿਆ ਭਾਈ ਤੇਲ ਭਰਾਉਣੀ ਭਰਾ ਕੇ ਫਿਰ ਦੂਰ ਹੋਣਾ ਨਾ ਵਾਟ ਆਉਣਾ ਦੇਖੋ ਚਲੋ ਐ ਕਰੋ ਕਰਿਓ ਤੇ ਇੱਧਰ ਆ ਜਾਓ ਫਿਰ ਚਾਹ ਪਾਣੀ ਲੰਗਰ ਥੱਕ ਛੱਕ ਜਾਓ ਆ ਜਾਓ ਆ ਗਿਆ ਠੀਕ ਸਹੀ ਆ
सही है फिर बाबे ना सुन लिया भाई असि भी गल्ला स्पीकर ते लाया सी तू फोन चलो फिर चलो हां चलो भाई चलो 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 क्योंकि तेल भरौना फिर ही गल बननी है नहीं तो इदा कलोला हो जानी है चलो नाल नाल निकलो फिर ला लैने इतने कितने साइड से जाऊँ पिपल हैगा थले उत्थे सद लें भैया कह देंगे कि जब पीपी पूपी उ ले आए तेल तूल दी ते नहीं हाँ ते बाकी देख लाँगे फिर शाम चलो आज मैं तो इधर दी लै गया ना हल लाए या थले कोई चक्कर नहीं आ जाओ भाई रेशा दिंदा ये रेशा दिंदा पर जचते है भाई आ झंडे लगे ना ट्रैक्टर के उत्ते सिरा माहौल होया पे मेरे वीर चलो मैं तो इतें ही लाना भाई तो जो आ गया भैया उदो फिर देखते हैं की बनता आ जाओ फोन मार दूंगा चलो ट्रैक्टर बंद कर दिए लो भाई तो लो मेरे वीरो अज का अपना एपीसोड छोटा जा एपीसोड सी पर कोई चक्कर नहीं आप आए थे ट्रैक्टर के क्योंकि झंडे लगे से भाई केसरी झंडे लगे से सो सेवा कर आए थे असी अपनी सेवा तो जे अज का एपीसोड तुहानू वधिया लग्या सारे जने लाइक शेयर सबसक्राइब जरूर करो तो मिलते हैं तुहानू अगले एपीसोड में क्योंकि आप जाके हुण पिंड अपनी जमीन भी बाहुणी आ भाई तो मिलते हैं तुहानू फिर अगले एपीसोड में गाइस रब रखा मेरे वीरो।